The hopes that you bring, the dreams that you share, that you share, that you, the share. Pleasure you get when you हेल्थकेयर पार्टनर हाइपरटेंशन ਜਿਨੇ ਕੀ ਅੱਜ ਪੂਰੀ ਮਾਨਵਤਾ ਨੂੰ ਆਪਣੇ ਸ਼ਿਕਾਰ ਵਿੱਚ ਲੈ ਲਿਆ ਹੈ ਤਕਰੀਬਨ ਹਰ 4 ਇਨਸਾਨਾਂ ਦੇ ਪਿੱਛੇ ਇੱਕ ਬੰਦੇ ਨੂੰ ਅੱਜ ਬਲੱਡ ਪ੍ਰੈਸ਼ਰ ਹੈ ਇਹ ਹਾਈਪਰਟੈਂਸ਼ਨ ਬਲੱਡ ਪ੍ਰੈਸ਼ਰ ਕੀ ਚੀਜ਼ ਹੈ ਇਹਦਾ ਸਰੀਰ ਨੂੰ ਨੁਕਸਾਨ ਹੈ ਇਹਦੇ ਕੀ ਲੈਵਲ ਹੋਣੇ ਚਾਹੀਦੇ ਹੈ ਇਹਦਾ ਡਾਈਟ ਨਾਲ ਕੀ ਸਬੰਧ ਹੈ एक्सरसाइज ਨਾਲ ਕੀ ਸਬੰਧ ਹੈ ਆਪਣੀ ਜੀਵਨ ਸ਼ੈਲੀ ਨਾਲ ਕੀ ਸਬੰਧ ਹੈ ਜਿਹਦਾ ਨਾਮ ਹੀ ਦੱਸਦਾ ਹੈ ਹਾਈਪਰ ਟੈਂਸ਼ਨ ਟੈਂਸ਼ਨ ਹਾਈਪਰ ਹੋਗੀ ਕੀ ਵਾਕਈ ਐਸਾ ਹੈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਦਵਾਈ ਦਾ ਕਿੰਨਾ ਰੋਲ ਹੈ ਆਪਣੇ ਥਾਟ ਪ੍ਰੋਸੈਸ ਦਾ ਆਪਣੀ ਸੋਚਣ ਦਾ ਪੋਜ਼ਿਟਿਵ ਥਿੰਕਿੰਗ ਦਾ ਕੀ ਰੋਲ ਹੈ ਇਹਦੇ ਬਾਰੇ ਡਿਸਕਸ ਕਰਨ ਲਈ ਅੱਜ ਸਾਡੇ ਨਾਲ ਬਹੁਤ ਵਧੀਆ ਇੱਕ ਪੈਨਲ ਹੈ ਮੇਰੇ ਨਾਲ ਡਾਕਟਰ ਜਸਜੀਤ ਸਿੰਘ ਜੀ ਜਿਹੜੇ ਕੀ ਕੰਸਲਟੈਂਟ ਫਿਜੀਸ਼ਨ ਤੇ ਕਾਰਡੀਓਲੋਜਿਸਟ ਚੰਡੀਗੜ੍ਹ ਦੇ ਵਿੱਚ ਪ੍ਰੈਕਟਿਸ ਕਰ ਰਹੇ ਹਨ ਡਾਕਟਰ ਨੀਰਜ ਗੋਇਲ ਜਿਹੜੇ ਕੀ ਆਪਣਾ ਪਟਿਆਲਾ ਦੇ ਵਿੱਚ ਆਪਣਾ ਹਸਪੀਟਲ ਰਨ ਕਰ ਰਹੇ ਹਨ ਤੇ ਡਾਕਟਰ ਸੰਜੇ ਸਿੰਘਲਾ ਜੀ ਜਿਹੜੇ ਕੀ ਰਜਿੰਦਰਾ ਹਸਪੀਟਲ ਦੇ ਵਿੱਚ ਕੰਮ ਕਰਦੇ ਹਨ ਮੈਂ ਡਾਕਟਰ ਅਮਰਦੀਪ ਗਰਕ ਮੈਂ ਕਾਰਡੀਓਲੋਜਿਸਟ ਐ ਹਾਰਟ ਸਪੈਸ਼ਲਿਸਟ ਐ ਮੈਂ ਪਟਿਆਲਾ ਦੇ ਵਿੱਚ ਆਪਣਾ ਹਸਪੀਟਲ ਚਲਾ ਰਿਹਾ ਹਾਂ ਡਾਕਟਰ ਜਸਜੀਤ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਬਲੱਡ ਪ੍ਰੈਸ਼ਰ ਕੀ ਚੀਜ਼ ਐ ਅਤੇ ਤੇ ਇਹਨਾਂ ਨੂੰ ਆਪਾਂ ਕੀ ਇਹਦੀ ਵੈਲਿਊ ਹੋਣੀ ਚਾਹੀਦੀ ਹੈ ਜੀ ਤੋਂ ਥੱਲੇ ਬੰਦਾ ਸੇਫ ਹੈ ਪੇਸ਼ੈਂਟ ਤੇ ਜਿਹੜੀ ਕੱਟ ਆਫ ਤੋਂ ਉੱਪਰ ਰਿਸਕ ਫੈਕਟਰ ਵੱਜ ਜਾਂਦਾ ਤੇ ਕਿੰਨਾ ਜ਼ਰੂਰੀ ਹੈ ਵੀ ਆਪਾਂ ਇਹਨੂੰ ਵਾਰ-ਵਾਰ ਕਿੰਨੀ ਕੁ ਦੇਰ ਅੰਤਰਾਲ ਤੋਂ ਬਾਅਦ ਇਹਨੂੰ ਚੈੱਕ ਕਰੀਏ ਮਹੀਨੇ ਬਾਅਦ 2 ਮਹੀਨੇ ਬਾਅਦ 15 ਦਿਨ ਬਾਅਦ ਇਹਦੇ ਬਾਰੇ ਕੀ ਗਾਈਡਲਾਈਨਸ ਹੈ ਤੇ ਕੀ ਤੁਹਾਡਾ ਐਕਸਪੀਰੀਅੰਸ ਹੈ ਇਹਦੇ ਬਾਰੇ ਡਾਕਟਰ ਸਾਹਿਬ ਹਾਈਪਰਟੈਨਸ਼ਨ ਦਾ ਮਤਲਬ ਹੈ ਹਾਈ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਜਦੋਂ ਇੱਕ ਲੈਵਲ ਤੋਂ ਜ਼ਿਆਦਾ ਹੋ ਜਾਏ ਉਹਨੂੰ ਹਾਈਪਰਟੈਨਸ਼ਨ ਕਹਿ ਦਈਦਾ ਬਲੱਡ ਪ੍ਰੈਸ਼ਰ ਦੀ ਜਦੋਂ ਬਲੱਡ ਦਾ ਪ੍ਰੈਸ਼ਰ ਖੂਨ ਦਾ ਪ੍ਰੈਸ਼ਰ ਖੂਨ ਵਾਲੀ ਨਾੜੀ ਦੇ ਉੱਪਰ ਵੱਧ ਜਾਂਦਾ ਇਹ ਬੇਸਿਕ ਨੁਕਸ ਹੁੰਦਾ ਹੈ ਬੇਸਿਕ ਲੈਵਲ ਜਿਹਦੇ ਤੋਂ ਉੱਪਰ ਬਲੱਡ ਪ੍ਰੈਸ਼ਰ ਹੋ ਜਾਏ ਤੇ ਉਹਨੂੰ ਆਪਾਂ ਹਾਈਪਰਟੈਨਸ਼ਨ ਕਹਿੰਦਾ ਉਹ ਹੈਗਾ 140/90 ਜਾਂ ਇਸ ਤੋਂ ਉੱਪਰ ਹੋ ਜਾਏ ਤਾਂ ਉਹ ਹਾਈਪਰ ਟੈਨਸ਼ਨ ਹੈ ਤੇ ਫਿਰ ਉਹਦਾ ਨੁਕਸਾਨ ਸ਼ੁਰੂ ਹੁੰਦਾ ਉਸ ਤੋਂ ਕੰਟਰੋਲ ਕਰਨਾ ਉਹਨੂੰ ਬਹੁਤ ਜ਼ਰੂਰੀ ਹੈ ਕਿੰਨਾ ਉਹਨੂੰ ਅੰਤਰਾਲਵਰ ਬਾਅਦ ਚੈੱਕ ਕਰਨਾ ਚਾਹੀਦਾ ਜਿਹਨੂੰ ਬਲੱਡ ਪ੍ਰੈਸ਼ਰ ਨਹੀਂ ਹੈਗਾ ਉਹ ਤਾਂ ਜਦੋਂ ਰੂਟੀਨ ਵਿੱਚ ਆਪਣੇ ਡਾਕਟਰ ਕੋਲ ਕਿਸੇ ਰੂਟੀਨ ਇਲਮੈਂਟ ਵਿੱਚ ਵਾਸਤੇ ਜਾਏ 2 ਮਹੀਨੇ 3 ਮਹੀਨੇ 6 ਮਹੀਨੇ ਜਾਂ ਸਾਲ ਵਿੱਚ ਇੱਕ ਵਾਰੀ ਰੂਟੀਨ ਵਿੱਚ ਚੈੱਕ ਕਰਵਾ ਲੈਣ ਪਰ ਜਿਹਨੂੰ ਬਲੱਡ ਪ੍ਰੈਸ਼ਰ ਹੈ ਔਰ ਉਹ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਿਹਾ ਹੈ ਤਾਂ ਉਹਨਾਂ ਨੂੰ ਜਦੋਂ ਦਵਾਈ ਸ਼ੁਰੂ ਕੀਤੀ ਤਾਂ ਹਰ 15 ਦਿਨ ਵਿੱਚ ਫਿਰ ਮਹੀਨੇ ਵਿੱਚ ਇੱਕ ਵਾਰੀ ਸਟੇਬਲ ਹੋ ਜਾਏ ਤਾਂ ਹਰ 3 ਮਹੀਨੇ ਵਿੱਚ ਇੱਕ ਵਾਰੀ ਚੈੱਕ ਕਰਵਾਉਣਾ ਚਾਹੀਦਾ ਡਾਕਟਰ ਨੀਰਜ ਡਾਕਟਰ ਸਾਹਿਬ ਨੇ ਬਲੱਡ ਪ੍ਰੈਸ਼ਰ ਦੇ ਲੈਵਲ ਬਾਰੇ ਗੱਲ ਕੀਤੀ 140/90 ਕੀ ਇਹ ਬਲੱਡ ਪ੍ਰੈਸ਼ਰ ਦਾ ਹਾਰਟ ਤੇ ਵੀ ਅਸਰ ਹੈ ਇਹ ਹਾਰਟ ਤੇ ਅਸਰ ਹੈ ਤੇ ਹਾਰਟ ਦੀ ਆਕਸੀਜਨ ਸਪਲਾਈ ਡਿਮਾਂਡ ਜਿਹਦੇ ਕਰਕੇ ਆਪਾਂ ਕਹਿੰਦੇ ਬੰਦੇ ਨੂੰ ਸਾਹ ਚੜਦਾ ਹੈ ਛਾਤੀ 'ਚ ਦਰਦ ਹੁੰਦਾ ਹੈ ਇਹ ਸਾਰਾ ਆਕਸੀਨਸ ਪ੍ਰਾਈ ਡਿਮਾਂਡ ਦਾ ਹੀ ਖੇਲ ਹੈ ਕੀ ਬਲੱਡ ਪ੍ਰੈਸ਼ਰ ਉੱਥੇ ਵੀ ਇਫੈਕਟ ਕਰਦਾ ਹੈ ਬਲੱਡ ਪ੍ਰੈਸ਼ਰ ਦਾ ਹਾਰਟ ਉੱਤੇ ਸਿੱਧਾ ਅਸਰ ਇਹਦੇ ਨਾਲ ਹਾਰਟ ਦੀਆਂ ਮਾਸਪੇਸ਼ੀਆਂ ਉਹਨਾਂ ਦਾ ਸਾਈਜ਼ ਵੱਧ ਜਾਂਦਾ ਜਿਹਦੇ ਕਰਕੇ ਉਹਨਾਂ ਦੀ ਕੰਮ ਕਰਨ ਦੀ ਕੈਪੈਸਿਟੀ ਘਟ ਜਾਂਦੀ ਹੈ ਜਿਸ ਕਰਕੇ ਹਾਰਟ ਫੇਲਿਓ ਹੋ ਸਕਦਾ ਹੈ ਪੇਸ਼ੇਂ ਨੂੰ ਚੱਲਣ ਫਿਰਨ ਨਾਲ ਸਾਹ ਚੜ੍ਹ ਸਕਦਾ ਸੋ ਇੱਕ ਹਾਈਪਰਟੈਨਸ਼ਨ ਜਿਹੜੀ ਹੈ ਇਹ ਇੱਕ ਇੰਡੀਪੈਂਡੈਂਟ ਰਿਸਕ ਫੈਕਟਰ ਹੈ ਹਾਰਟ ਦੇ ਮਰੀਜ਼ ਹਾਰਟ ਦੀ ਜਿਹੜੀ ਬਿਮਾਰੀ ਹੈ ਉਹਦੇ ਵਾਸਤੇ 슈ਗਰ obesidad smoking ਤੇ ਹੈਰਿਡਿਟਰੀ ਫੈਕਟਰ ਜਿਹੜੇ ਇਹ ਚੀਜ਼ਾਂ ਰਿਸਕ ਫੈਕਟਰ ਨੇ ਤੇ ਹਾਈਪਰ ਟੈਨਸ਼ਨ ਇੱਕ ਇੱਕ ਮੋਡਲਾ ਰਿਸਕ ਫੈਕਟਰ ਹੈ ਇਹਦੇ ਕਰਕੇ ਜੋ ਖੂਨ ਦੀਆਂ ਨਾੜਾਂ ਵਿੱਚ ਜਮਣ ਵਾਲਾ ਫੈਟ ਹੈ ਉਹਦਾ ਜੋ ਪ੍ਰੋਸੈਸ ਹੈ ਜਿਹਨੂੰ ਅਸੀਂ ਅਥਰੋਸਕਲੋਸਿਸ ਕਹਿੰਦੇ ਆ ਉਹ ਹਾਈਪਰ ਟੈਨਸ਼ਨ ਉਹਦੇ ਵਿੱਚ ਇੱਕ ਮੇਜਰ ਰੋਲ ਅਦਾ ਕਰਦਾ ਹੈ ਸੋ ਹਾਰਟ ਦਾ ਸਿੱਧਾ ਹਾਰਟ ਤੇ ਬੀਪੀ ਦਾ ਸਿੱਧਾ ਅਸਰ ਹੈ ਡਾਕਟਰ ਸੰਜੇ ਇਹ ਕਿਹਾ ਜਾਂਦਾ ਹੈ ਵੀ ਬਲੱਡ ਪ੍ਰੈਸ਼ਰ ਹੈ ਜਿਹੜਾ ਫੈਮਲੀਜ਼ ਚ ਰਨ ਕਰਦਾ ਜਿੱਦਾਂ ਕਿਸੇ ਦੇ ਗ੍ਰੈਂਡਫਾਦਰ ਫਾਦਰ ਬੱਚੇ ਬ੍ਰਦਰ ਸਿਸਟਰ ਜੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਤਾਂ ਬਾਕੀ ਮੈਂਬਰਾਂ ਨੂੰ ਵੀ ਬਲੱਡ ਪ੍ਰੈਸ਼ਰ ਦੀ ਸੰਭਾਵਨਾ ਹੁੰਦੀ ਹੈ ਕੀ ਇਹ ਸੱਚ ਹੈ ਵੀ ਜੇ ਤੁਹਾਡੇ ਬਲੱਡ ਪ੍ਰੈਸ਼ਰ ਫੈਮਲੀਜ਼ ਦੇ ਵਿੱਚ ਰਨ ਨਹੀਂ ਕਰਦਾ ਮਤਲਬ ਪਰਿਵਾਰ ਚ ਕਿਸੇ ਨੂੰ ਬੀਪੀ ਨਹੀਂ ਹੈ ਤਾਂ ਤੁਹਾਨੂੰ ਵੀ ਨਹੀਂ ਹੋਏਗਾ ਇਹ ਗੱਲ ਬਿਲਕੁਲ ਮਿੱਥਿਆ ਹੈ ਕਿ ਜੇ ਤੁਹਾਡੇ ਪਰਿਵਾਰ ਚ ਕਿਸੇ ਨੂੰ ਬਲੱਡ ਪ੍ਰੈਸ਼ਰ ਨਹੀਂ ਹੈ ਤਾਂ ਤੁਹਾਨੂੰ ਨਹੀਂ ਹੋ ਸਕਦਾ जिमें अजक एक सेंग है कि ब्लड प्रैशर रनज़ इन द फैमलीज़ बट ऑलसो बिकॉज़ नो वन रनज़ इन द फैमलीज सब तो वो चीज़ अज की जी सा हो रही है चल रही है कि इनएक्टिविटी बहुत ज़्यादा है फिजिकली कोई बंदा कम नहीं करना चाहता ओबैसिटी oh, बहुत ज़्यादा बढ़ चुकी है अपन खाण पीन दैबिट्स ने बहुत चेंज हो चुकी हैं जंक फूड की जी कंज्शन है बहुत बढ़ चुकी है सॉफ्ट ड्रिंक्स हो चुकिया ने ਅਲਕੋਹਲ ਹੋ ਚੁੱਕਿਆ ਹੈ স্মੋਕਿੰਗ ਹੋ ਚੁੱਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਸ ਵਧ ਜਾਂਦੇ ਨੇ ਕੁਝ ਦਵਾਈਆਂ ਜੇ ਕਿਸੇ ਆਪਾਂ ਬਿਮਾਰੀ ਕਰਕੇ ਲੈ ਰਹੇ ਹਾਂ ਉਹਨਾਂ ਦੇ ਸਾਈਡ ਇਫੈਕਟ ਕਰਕੇ ਵੀ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਇੱਕ ਜਿਹੜੀ ਚੀਜ਼ ਹੈ ਜਿਹੜੀ ਅੱਜ ਕੱਲ ਆਪਾਂ ਦੇਖ ਰਹੇ ਹਾਂ ਬਟ ਉਹਦੀ ਡਾਇਗਨੋਸਿਸ ਘਟ ਹੋ ਰਹੀ ਹੈ ਉਹ ਹੈ ਵੀ ਅਬਸਟ੍ਰਕਟਿਵ ਸਲੀਪ ਐਪਨੀਆ ਜਿਹੜੇ ਬੰਦੇ ਨੂੰ ਰਾਤੀਂ ਬਹੁਤ ਜ਼ਿਆਦਾ ਘਰਾੜੇ ਆਉਂਦੇ ਨੇ ਦਿਨੇ ਬਹੁਤ ਜ਼ਿਆਦਾ ਸੁੰਤਦਾ ਰਹਿੰਦਾ ਉਹਦੇ ਨਾਲ ਵੀ ਉਹਨੂੰ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਸ ਵਧ ਜਾਂਦੇ ਨੇ ਕੀ ਸੋਸ਼ਲ ਮੀਡੀਆ ਦਾ ਕੋਈ ਰੋਲ ਹੈ ਉਹਦੇ ਨਾਲ ਸੰ ਦੇ ਜਿਹੜੇ ਇਮੋਸ਼ਨਸ ਨੇ ਉਹ ਬਹੁਤ ਜ਼ਿਆਦਾ ਵੀਰੀ ਕਰਦੇ ਨੇ ਬੰਦਾ ਬਹੁਤ ਜ਼ਿਆਦਾ ਜਿਆਦਾ ਟਾਈਮ ਐ ਸੋਸ਼ਲ ਮੀਡੀਆ ਤੇ ਲਗਾ ਰਿਹਾ ਉਹਦਾ ਜਿਹੜਾ 슬ੀਪਿੰਗ ਟਾਈਮ ਐ ਉਹ ਬਹੁਤ ਜ਼ਿਆਦਾ ਘਟ ਰਿਹਾ ਤੇ ਫਿਜ਼ੀਕਲ ਐਕਟੀਵਿਟੀ ਘਟ ਰਹੀ ਹੈ ਇਹਦਾ ਜਿਹੜਾ ਇੱਕ ਇੰਡਾਇਰੈਕਟ ਅਸਰ ਹੈ ਉਹ ਬਲੱਡ ਪ੍ਰੈਸ਼ਰ ਤੇ ਪੈ ਰਿਹਾ ਇਹ ਵੀ ਇੱਕ ਗੱਲ ਕਹੀ ਜਾਂਦੀ ਹੈ ਵੀ ਜਿਹੜਾ ਬੰਦਾ ਜਿੰਨਾ ਜ਼ਿਆਦਾ ਮੋਬਾਈਲ ਯੂਜ਼ ਕਰਦਾ ਐ ਸੋਸ਼ਲ ਮੀਡੀਆ ਜੇ ਉਹ ਆਪਣੇ ਕਮਰੇ ਦੇ ਵਿੱਚ ਵੀ ਚਾਰਜ ਕਰਦਾ ਐ ਮੋਬਾਈਲ ਨੂੰ ਤਾਂ 28 ਮਿੰਟ ਦੀ 슬ੀਪ ਘਟ ਜਾਂਦੀ ਬਿਲਕੁਲ ਠੀਕ ਕਹ ਜਾਂਦਾ ਜੀ ਤੇ ਨਾਲ ਉਹਦਾ ਸਟ्रेस ਲੈਵਲ ਇੰਨਾ ਕੁ ਵੱਧ ਜਾਂਦਾ ਹੈ ਵੀ ਇਹ ਆਪਣੇ ਆਪ ਚ ਹੀ ਇੱਕ ਡਿਪਰੈਸ਼ਨ ਦਾ ਤੇ ਹਾਈਪਰਟੈਨਸ਼ਨ ਦਾ ਕਾਰਨ ਬਣਦਾ ਡਾਕਟਰ ਸਾਹਿਬ ਜਸਜੀਤ ਜੀ ਇਹ ਦੱਸੋ ਵੀ ਕਈ ਬੰਦੇ ਕਹਿੰਦੇ ਆ ਵੀ ਇੱਕ ਸੀਜ਼ਨਲ ਡਿਜ਼ੀਜ਼ ਹੈ ਕਿਸੇ ਮੌਸਮ ਚ ਬੀਪੀ ਵੱਧ ਗਿਆ ਕਿਸੇ ਚ ਘਟ ਗਿਆ ਕੀ ਇਹ ਹੈ ਇਦਾਂ ਦੀ ਗੱਲ ਕੀ ਬੰਦੇ ਦਾ ਜਦ ਬੀਪੀ ਘਟਿਆ ਹੁੰਦਾ ਕਿਸੇ ਮੌਸਮ ਚ ਉਹ ਜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਿਹਾ ਕਿ ਉਹ ਆਪਣੇ ਆਪ ਬੰਦ ਕਰ ਸਕਦਾ ਜੋ ਦਾ ਬੀਪੀ ਨਾਰਮਲ ਆ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜਿਹਨੂੰ ਇਹ ਹਾਈਪਰਟੈਨਸ਼ਨ ਹੈ ਉਹ ਉਹਨੂੰ ਹਾਈਪਰਟੈਨਸ਼ਨ ਹੈ ਉਹਨੂੰ ਥੋੜਾ ਬਹੁਤਾ ਮੌਸਮ ਦੇ ਬਦਲਣ ਨਾਲ ਫਰਕ ਪੈਂਦਾ ਹੈ 4-5 ਡਿਗਰੀ ਜਿਸ ਤਰ੍ਹਾਂ ਸਰਦੀਆਂ ਵਿੱਚ ਥੋੜਾ ਜਿਹਾ ਵੱਧ ਜਾਂਦਾ ਹੈ ਗਰਮੀਆਂ ਵਿੱਚ ਥੋੜਾ ਜਿਹਾ ਘਟ ਜਾਂਦਾ ਹੈ ਪਰ ਸਿਰਫ ਇਹ ਕਹਿਣਾ ਕਿ ਸਿਰਫ ਇਹ ਐਪੀਸੋਡਿਕ ਹੈ ਕਦੇ-ਕਦਾਈਂ ਹੋ ਗਿਆ ਉਹ ਗੱਲ ਠੀਕ ਨਹੀਂ ਹੈ ਜਿਨੂੰ ਬਲੱਡ ਪ੍ਰੈਸ਼ਰ ਹੈ ਜੇ ਉਹ ਦਵਾਈ ਲੈ ਰਿਹਾ ਹੈ ਉਹਨੂੰ ਥੋੜਾ ਅੱਛਾ ਲੱਗਣ ਲੱਗ ਪੈਂਦਾ ਹੈ ਬਲੱਡ ਪ੍ਰੈਸ਼ਰ ਨਾਰਮਲ ਆ ਜਾਂਦਾ ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਦਵਾਈ ਬੰਦ ਕਰ ਦਵੇ ਉਹਨੂੰ ਦਵਾਈ ਦੀ ਡੋਜ਼ ਵਧਾਣੀ ਘਟਾਣੀ ਆਪਣੇ ਮਰਜ਼ੀ ਨਾਲ ਨਹੀਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ ਦੂਸਰੀ ਚੀਜ਼ ਕਈ ਵਾਰੀ ਇਹਦੇ ਵਿੱਚ ਫਰਕ ਆਉਂਦਾ ਹੈ ਕਿਸੇ ਵੇਲੇ ਬੰਦਾ ਗੁੱਸੇ 'ਚ ਹੈ ਕਿਸੇ ਜਲਦੀ 'ਚ ਹੈ ਕਿਸੇ ਵੇਲੇ ਡਰ ਹੈ ਸਟ्रेस ਹੈ ਉਹਦੇ ਨਾਲ ਟੈਂਪੋਰਰੀਲੀ ਵਧ ਜਾਂਦਾ ਪਰ ਫਿਰ ਉਹ ਆਪਣੇ ਲੈਵਲ ਤੇ ਆ ਜਾਂਦਾ ਸੋ ਇਹ ਵਰੀਏਸ਼ਨ ਸਾਰਿਆਂ ਵਿੱਚ ਹੁੰਦੀ ਹੈ ਪਰ ਬਲੱਡ ਪ੍ਰੈਸ਼ਰ ਦੀ ਦਵਾਈ ਨੂੰ ਆਪਣੀ ਮਰਜ਼ੀ ਨਾਲ ਚੇਂਜ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਲਾਈਫ ਸਟਾਈਲ ਮੋਡੀਫਿਕੇਸ਼ਨ ਦਾ ਡਾਕਟਰ ਨੀਰਜ ਬਲੱਡ ਪ੍ਰੈਸ਼ਰ ਤੇ ਹਾਰਟ ਡਿਜ਼ੀਜ਼ ਨਾਲ ਕੀ ਸਬੰਧ ਹੈ ਲਾਈਫ ਸਟਾਈਲ ਕਿੰਨਾ ਕੁ ਰਿਲੇਟਡ ਹੈ ਹਾਰਟ ਦੀ ਬਿਮਾਰੀ ਨਾਲ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਲਾਈਫ ਸਟਾਈਲ ਦਾ ਬੀਪੀ ਦੀ ਬਿਮਾਰੀ ਨਾਲ ਹਾਰਟ ਦੀ ਬਿਮਾਰੀ ਨਾਲ ਸਿੱਧਾ ਇਫੈਕਟਡ ਹਾਂ ਜਿਵੇਂ ਡਾਕਟਰ ਸੰਜੇ ਨੇ ਦੱਸਿਆ ਅੱਜ ਕੱਲ ਡਾਈਟ ਦਾ ਸਮੋਕਿੰਗ ਦਾ ਅਲਕੋਹਲ ਦਾ ਸੈਡੀੰਟਰੀ ਲਾਈਫਸਟਾਈਲ ਦਾ ਐਕਸਰਸਾਈਜ਼ ਨਹੀਂ ਕਰਦੇ ਸੋ ਆਪਾਂ ਕਹਿੰਦੇ ਆ ਸਟੇਜ 1 ਹਾਈਪਰਟੈਨਸ਼ਨ ਜਿਹਨੂੰ ਆਪਾਂ ਕਹਿੰਦਾ 140 ਉੱਪਰ ਵਾਲਾ ਤੋਂ 159 ਉੱਪਰ ਵਾਲਾ ਤੇ نیچے ਵਾਲਾ 90 ਤੋਂ 99 ਤੱਕ ਇਸ ਸਟੇਜ 1 ਹਾਈਪਰਟੈਨਸ਼ਨ ਜੇ ਉਹਦੇ ਨਾਲ ਉਹਨੂੰ ਕੋਈ 슈ਗਰ ਨਹੀਂ ਹੈ ਕੋਈ ਹਾਰਟ ਦੀ ਬਿਮਾਰੀ ਨਹੀਂ ਹੈ ਕੋਈ ਕਿਡਨੀ ਦੀ ਬਿਮਾਰੀ ਨਹੀਂ ਹੈ ਜਾਂ ਕੋਈ ਹੋਰ ਟਾਰਗੇਟ ਆਰਗਨ ਡੈਮੇਜ ਨਹੀਂ ਹੈ ਤਾਂ ਆਪਾਂ ਉਸਨੂੰ ਲਾਈਫਸਟਾਈਲ ਮੋਡੀਫਿਕੇਸ਼ਨ ਨਾਲ ਕੋਸ਼ਿਸ਼ ਕਰ ਸਕਦੇ ਹਾਂ ਕੰਟਰੋਲ ਕਰਨ ਦੀ ਸੋ ਲਾਈਫਸਟਾਈਲ ਮੋਡੀਫਿਕੇਸ਼ਨ ਦੇ ਵਿੱਚ ਆਪਾਂ ਕਹਿੰਨੇ ਆ ਕਿ ਉਹਦੇ ਵਿੱਚ ਆਪਾਂ ਐਕਸਰਸਾਈਜ਼ ਐਕਸਰਸਾਈਜ਼ ਆਪਾਂ ਕਹਿੰਨੇ ਆ ਵੀ ਕਟੋ-ਕਟ 30 ਮਿੰਟ ਰੋਜ਼ ਦੀ ਤੇ ਉਹਦੇ ਵਿੱਚ 3 ਕਿਲੋਮੀਟਰ ਵਾਕ ਜੇ ਆਪਾਂ 10 ਮਿੰਟ ਚ ਕਰਦੇ ਆ ਤਾਂ 3 ਕਿਲੋਮੀਟਰ ਵਾਕ ਪਾ 30 ਮਿੰਟ ਵਿੱਚ ਕਰਦੇ ਆ ਉਹਦੇ ਨਾਲ ਆਪਾਂ ਜੇ ਹਫਤੇ 'ਚ 5 ਦਿਨ ਵੀ ਕਰ ਲੈਂਦੇ ਆ ਉਹ ਆਪਣੇ ਨਾਲ ਉਹਦੇ ਨਾਲ ਕੈਲਰੀਜ਼ ਬਰਨ ਹੁੰਦੀਆਂ ਨੇ ਆਪਣਾ ਸੋਡੀਅਮ ਘਟਦਾ ਤੇ ਉਹਦੇ ਨਾਲ ਆਪਣਾ ਬੀਪੀ ਤੇ ਇਫੈਕਟ ਹੁੰਦਾ ਥੋੜਾ ਜਿਹਾ ਡਾਈਟ ਬਾਰੇ ਵੀ ਡਾਈਟ ਬਾਰੇ ਇਹ ਕਹਿੰਨੇ ਆ ਆਪਾਂ ਨੂੰ ਨਮਕ ਨਮਕ ਜਿਹੜਾ ਹੈ ਉਹ ਘੱਟ ਲੈਣਾ ਚਾਹੀਦਾ ਹੈ ਜਿਹੜੀ ਪਰਮਿਸਿਬਲ ਲਿਮਟ ਹੈ 2.4 ਗ੍ਰਾਮ ਕਹਿੰਨੇ ਆਪਾਂ ਜਾਂ ਇੱਕ ਇੱਕ ਚਮਚਾ 2.4 ਗ੍ਰਾਮ ਸੋਡੀਅਮ ਦਰਸ਼ਕਾਂ ਵਾਸਤੇ ਇੱਕ ਗੱਲ ਹੈ ਵੀ 2.4 ਗ੍ਰਾਮ ਸੋਡੀਅਮ ਡੇ ਟੂ ਡੇ ਐਕਟੀਵਿਟੀ 'ਚ ਇੱਕ ਚਮਚਾ ਨਮਕ ਦਾ ਇੱਕ ਚਮਚਾ ਸਾਰੇ ਦਿਨ ਦੇ ਵਿੱਚ ਹਰ ਕਾਸ਼ੇ 'ਚ ਮਿਲਾ ਕੇ ਹਰ ਕਾਸ਼ੇ 'ਚ ਮਿਲਾ ਕੇ ਆਪਾਂ ਕਹਿੰਨੇ ਜਿਹੜੀਆਂ ਸਬਜ਼ੀਆਂ ਬੰਦੀਆਂ ਘਰ 'ਚ ਤੁਸੀਂ ਉਹਦੇ 'ਚ ਆਪਣਾ ਨਮਕ ਯੂਜ਼ ਕਰ ਲਓ ਪਰ ਜਿਹੜਾ ਆਪਾਂ ਕਹਿੰਨੇ ਚਟਨੀ ਹੈ ਆਚਾਰ ਹੈ ਪਾਪੜ ਹੈ ਪਾ ਦਹੀਂ ਲੱਸੀ 'ਚ ਪਾਣਿਆ ਇਸ ਸਲਾਦ ਚ ਪਾਣਿਆਂ ਜਾਂ ਫਰੂਟ ਦੇ ਉੱਪਰ ਪਾਣਿਆਂ ਜਿਹੜਾ ਐਕਸਟਰਾ ਸਾਲਟ ਟੇਬਲ ਸਾਲਟ ਯੂਜ਼ ਕਰਦੇ ਆ ਉਹਨੂੰ ਆਪਾਂ ਨਾ ਯੂਜ਼ ਕਰੀਏ ਦੂਜਾ ਹੈ ਜਿਹੜਾ ਆਪਣਾ ਹੈ ਮੈਂਟਲ ਟੈਂਸ਼ਨ ਸਟ्रेस ਉਹਦਾ ਬਹੁਤ ਵੱਡਾ ਰੋਲ ਹੈ ਅੱਜ ਦੀ ਦੁਨੀਆ ਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਮੈਂ ਚਾਹਾਂਗਾ ਜੀ ਜਿਵੇਂ ਮੈਡੀਟੇਸ਼ਨ ਦਾ ਬਹੁਤ ਰੋਲ ਹੈ ਉਹਦੇ ਆਪਾਂ ਯੋਗਾ ਦੇ ਰੂਪ ਚ ਕਰੀਏ ਆਪਣੇ ਆਪ ਨੂੰ ਇੱਕ ਬੰਦਾ ਅੱਧਾ ਘੰਟਾ ਦਾ ਟਾਈਮ ਦੇਵੇ ਉਹਦੇ ਨਾਲ ਉਹਦਾ ਬੀਪੀ ਤੇ ਕੰਟਰੋਲ ਆ ਸਕਦਾ ਹੈ ਤੋ ਇਸ ਤਰ੍ਹਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਜਿਹੜੀਆਂ ਨੇ ਇਹ ਪਹਿਲਾ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਕਰ। ਕਿੰਨੀ ਦੇਰ ਲਾਈਫ ਸਟਾਈਲ ਮੋਡੀਫਿਕੇਸ਼ਨ ਟਰਾਈ ਕਰਨੀ ਚਾਹੀਦੀ ਹੈ ਵੀ ਆਪਾਂ ਵੇਟ ਕਰੀਏ ਬੀਪੀ ਉਹਦਾ ਜੇ ਸਟੇਜ 1 ਤੋਂ ਨਾਰਮਲ ਆ ਜੀ। 1 ਮਹੀਨਾ 1 ਮਹੀਨਾ 1 ਮਹੀਨਾ ਸਾਨੂੰ ਟਰਾਈ ਕਰਨੀ ਚਾਹੀਦੀ ਹੈ ਟਰਾਈ ਕਰਨੀ ਚਾਹੀਦੀ। ਉਸ ਤੋਂ ਬਾਅਦ ਆਪਾਂ ਜੇ ਉਹਦਾ ਟਾਰਗੇਟ ਬੀਪੀ 140/90 ਤੱਕ ਨਹੀਂ ਆਉਂਦਾ ਫਿਰ ਆਪਾਂ ਦਵਾਈ ਸ਼ੁਰੂ ਕਰਨੀ ਚਾਹੀਦੀ। ਉਹਦੀ ਰੋਡ ਦੇ ਅਨੁਸਾਰ ਪਾਸਾ ਸਮਝ ਗਈ। ਠੀਕ ਹੈ। ਹੁਣ ਅਸੀਂ ਬੜਾ ਛੋਟਾ ਜਿਹਾ ਇੱਕ ਬ੍ਰੀਕ ਲਵਾਂਗੇ ਤੇ ਬ੍ਰੀਕ ਤੋਂ ਬਾਅਦ ਫੇਰ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਹੈਲਥਕੇਅਰ ਪਾਰਟਨਰ ਵੈਲਕਮ ਬੈਕ ਡਾਕਟਰ ਸੰਜੀਪ ਕੀ ਡਾਈਟ ਖਾਣੀ ਚਾਹੀਦੀ ਹੈ ਬਲੱਡ ਪ੍ਰੈਸ਼ਰ ਦਾ ਇੱਕ ਆਮ ਸਵਾਲ ਹੈ ਸਰ ਅੱਜ ਦੇ ਤਰੀਕੇ ਚ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਅੱਜ ਕੱਲ ਜਿਹੜੀ ਆਪਣੀ ਡਾਈਟ ਪੈਟਰਨ ਉਹ ਬਹੁਤ ਜ਼ਿਆਦਾ ਫਾਲਟੀ ਹੋ ਚੁੱਕੀ ਹੈ ਡਾਈਟ ਖਾਣ ਦਾ ਆਲਮੋਸਟ ਸਾਰ ਨੂੰ ਪਤਾ ਹੈ ਵੀ ਕੀ ਖਾਣਾ ਚਾਹੀਦਾ ਪਰ ਖਾਂਦਾ ਕੋਈ ਨਹੀਂ ਸਭ ਤੋਂ ਪਹਿਲੀ ਚੀਜ਼ ਜੰਕ ਫੂਡ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਸੌਫਟ ਰਿਕ ਬੰਦ ਕਰਨੇ ਚਾਹੀਦੇ ਹਨ ਜਿਹੜੀਆਂ ਆਪਣੀਆਂ ਪ੍ਰੋਸੈਸਡ ਜਿਹੜਾ ਫੂਡ ਹੈ ਉਹ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਆਪਾਂ ਨੂੰ ਪੁਰਾਣੇ ਜਿਹੜੇ ਆਪਣੇ ਬਾਬੇ ਕਹਿੰਦੇ ਸੀ ਵੀ ਆਪਾਂ ਨੇਚਰਲ ਐਨਵਾਇਰਨਮੈਂਟਲ ਜਾਓ ਉਧਰ ਜਾਣਾ ਚਾਹੀਦਾ ਆਪਣੀ ਦੀ ਡਾਈਟ ਹੈ ਉਹਦੇ ਵਿੱਚ ਫਰੂਟ ਜ਼ਿਆਦਾ ਹੋਣਾ ਚਾਹੀਦਾ ਸਬਜ਼ੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ ਪਰ ਨੇਚਰਲ ਫਰੂਟ ਤੇ ਸਬਜ਼ੀਆਂ ਉਹ ਪ੍ਰੋਸੈਸ ਨਹੀਂ ਹੋਣੀਆਂ ਚਾਹੀਦੀਆਂ ਜਿਹੜੇ ਆਪਣੇ ਤੇਲ ਨੇ ਉਹ ਘੱਟ ਹੋਣੇ ਚਾਹੀਦੇ ਨੇ ਅੱਜ ਕੱਲ ਇੱਕ ਹਰੇਕ ਬੰਦਾ ਪੁੱਛਦਾ ਵੀ ਡਾਕਟਰ ਸਾਹਿਬ ਕਿਹੜਾ ਤੇਲ ਵਰਤੀਏ ਤੇਲ ਸਿਰਫ ਜਿਹੜੇ ਦੋ ਨੇ ਐਫਸੀ ਇਹ ਕਹਿੰਦੇ ਆ ਵੀ ਉਹ ਜਿਹੜੇ ਸਭ ਤੋਂ ਵਧੀਆ ਨੇ ਇੱਕ ਤਾਂ ਕਨੋਲਾ ਆਇਲ ਹੈ ਇੱਕ 올ਿਵ ਆਇਲ ਹੈ 올ਿਵ ਆਇਲ ਆਪਾਂ ਕਦੇ ਵੀ ਗਰਮ ਕਰਕੇ ਯੂਜ਼ ਨਹੀਂ ਕਰਨਾ ਚਾਹੀਦਾ ਕਨੋਲਾ ਆਇਲ ਆਪਾਂ ਗਰਮ ਕਰਕੇ ਯੂਜ਼ ਕਰ ਸਕਦੇ ਹਾਂ ਇਹ ਆਪਣੀਆਂ ਜਿਹੜੀਆਂ ਮੇਨ ਆਪਣੀਆਂ ਹੈਗੀਆਂ ਨੇ ਡਾਈਟ ਦੀਆਂ ਰੈਸਟ੍ਰਿਕਸ਼ਨਸ ਨੇ ਜਾਂ ਕਹਿ ਲਓ ਆਪਣਾ ਡਾਈਟ ਪੈਟਰਨ ਹੈ ਇਹ ਹੋਣਾ ਚਾਹੀਦਾ ਡਾਈਟ ਨਾਰਮਲ ਡਾਈਟ ਹੋਵੇ ਬਟ ਪ੍ਰੋਪਰ ਟਾਈਮ ਤੇ ਹੋਵੇ ਇਹ ਬਹੁਤ ਜ਼ਰੂਰੀ ਗੱਲ ਹੈ ਓਕੇ 1.5 ਅੱਜਕੱਲ ਇਹ ਵੀ ਨਾਲ ਗੱਲ ਹੈ ਆਪਾਂ ਸਾਰੇ ਬਲੱਡ ਪ੍ਰੈਸ਼ਰ ਦੇ ਵਿੱਚ ਸਾਲਟ ਸਾਲਟ ਕਹਿੰਦੇ ਆ ਹੈ ਨਾ ਇਹ ਇੱਕ ਦੇਖਿਆ ਗਿਆ ਵੀ ਸਿਰਫ ਬਲੱਡ ਪ੍ਰੈਸ਼ਰ 'ਚ 10% ਲੋਕ ਐ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਸਾਲਟ ਸੈਂਸਿਟਿਵ ਹੈ ਮਤਲਬ ਜਿਉ ਸਾਲਟ ਖਾਂਦੇ ਆ ਤਾਂ ਉਹਨਾਂ ਦਾ ਬੀਪੀ ਵੱਧ ਹੈ ਬਾਕੀ 90% ਹਾਈਪਰਟੈਂਸਿਵ ਹੈ ਜਿਨ੍ਹਾਂ ਦਾ ਸ਼ਾਇਦ ਸਾਲਟ ਨਾਲ ਸਿੱਧਾ ਸਬੰਧ ਨਹੀਂ ਹੈ ਉੱਥੇ ਜਿਹੜਾ ਰੋਲ ਹੈ ਅੱਜਕੱਲ ਜ਼ਿਆਦਾ 슈ਗਰ ਉਹਦਾ ਬਹੁਤ ਜ਼ਿਆਦਾ ਰੋਲ ਹੈ ਬਹੁਤ ਜ਼ਿਆਦਾ ਜੇ 슈ਗਰ बंदा चाहे वह डायबिक है चाहे नहीं दैट इज ए मटीरियल बट शूगर जो बंद कोई खाँद यन है वही हैद शूगर जी टेबल शूगर है ये जंक फूड तो भी ज़्यादा खतरनाक है सर हैं शूगर इज द बिगैस अडिक्शन इन दिस वर्ल्ड बिगैसट अडिक्शन बिल्कुल सही गल है क्योंकि एक इतने दर्शकों वास्ते हो शूगर शराब ਇਹਨਾਂ ਦੋਨਾਂ ਦਾ ਆਪਣੇ ਸਰੀਰ ਦੇ ਵਿੱਚ ਮੈਟਾਬੋਲਿਜ਼ਮ ਇੱਕ ਤਰ੍ਹਾਂ ਨਾਲ ਹੁੰਦਾ ਹੈ। ਬਾਡੀ ਆਪਣੀ ਡਿਫਰੈਂਸ਼ੀਏਟ ਸ਼ਰਾਬ ਤੇ 슈ਗਰ ਦੇ ਵਿੱਚ ਨਹੀਂ ਕਰਦੀ। ਜਿੱਦਾਂ ਬਾਡੀ ਸ਼ਰਾਬ ਨੂੰ ਲੈਂਦੀ ਹੈ, ਉਦਾਂ ਹੀ ਬਾਡੀ 슈ਗਰ ਨੂੰ ਲੈਂਦੀ ਹੈ। ਸਿਰਫ 슈ਗਰ ਦਾ ਬ੍ਰੇਨ ਤੇ ਅਸਰ ਸ਼ਰਾਬ ਵਰਗਾ ਨਹੀਂ ਹੁੰਦਾ, ਬਾਕੀ ਲਿਵਰ ਤੇ ਹੋਰ ਆਰਗਨਸ ਤੇ ਸਾਰਾ ਅਸਰ ਜਿਵੇਂ ਸ਼ਰਾਬ ਵੀ ਬੀਪ ਬਣਾਉਂਦੀ ਹੈ। ਇਸੇ ਤਰ੍ਹਾਂ 슈ਗਰ ਵੀ ਬੀਪ ਬਣਾਉਂਦੀ ਹੈ। ਇਸ ਲਈ ਸਾਲਟ ਦੇ ਨਾਲ ਨਾਲ ਜਿਹੜੀ ਟੇਬਲ 슈ਗਰ ਹੈ ਇਹ ਬਿਲਕੁਲ ਹਰੇਕ ਇਨਸਾਨ ਨੂੰ ਧਰਤੀ ਤੇ ਇਹ ਬੰਦ ਕਰ ਦੇਣੀ ਚਾਹੀਦੀ ਜਿਹੜੀ ਡਾਕਟਰ ਸਾਹਿਬ ਨੇ ਕਿਹਾ ਡਾਈਟ ਐਜ਼ ਮੱਚ ਐਜ਼ ਪੋਸੀਬਲ ਨੈਚੁਰਲ ਡਾਈਟ ਜਿਹੜੀ ਹੰਟਰ ਗੈਦਰਰਸ ਵਾਲੀ ਡਾਈਟ ਸੀ ਨਾ ਵੀ ਜਾਂ ਤਾਂ ਹੰਟ ਕਰਕੇ ਤੁਸੀਂ ਖਾਦਾ ਜਾਂ ਜਿਹੜਾ ਜ਼ਮੀਨ ਤੇ ਗਿਰਿਆ ਪਿਆ ਸੀ ਫਰੂਟ ਨਟਸ ਸੀਡਸ ਲੀव्स ਕੱਚੀਆਂ ਸਬਜ਼ੀਆਂ ਸੈਲਡਸ 60-70% ਡਾਈਟ ਤੁਹਾਡੀ ਇਹ ਹੋਣੀ ਚਾਹੀਦੀ ਹੈ ਬਟ ਜਿੱਥੇ ਤੱਕ ਹੋ ਸਕਦਾ ਜਿੰਨੀ ਨੇਚਰਲ ਡਾਈਟ ਇਨਸਾਨ ਖਾ ਸਕਦਾ ਜੇ 100 100 ਕੈਲਰੀ ਲੈਣੀ ਤਾਂ 50 ਤੋਂ 60 ਕੈਲਰੀ ਨੇਚਰਲ ਡਾਈਟ ਦੇ ਥਰੂ ਆਣ 40 ਕੈਲਰੀਜ਼ ਕੁਕਡ ਫੂਡ ਦੇ ਥਰੂ ਆ ਤਾਂ ਬੰਦਾ ਹੈਲਦੀ ਰਹਿ ਸਕਦਾ ਜਿੰਨਾ ਇਨਸਾਨ ਕਲੋਜ਼ਰ ਟੂ ਨੇਚਰ ਹੈ ਥਾਟ ਦੇ ਵਿੱਚ ਖੁਰਾਕ ਦੇ ਵਿੱਚ ਉਹਨਾਂ ਉਹ ਬਿਮਾਰੀਆਂ ਤੋਂ ਪਰੇ ਹੈ ਡਾਕਟਰ ਜਸਜੀਤ ਫਿਜ਼ੀਕਲ ਐਕਟੀਵਿਟੀ ਦਾ एक्सरसाइज ਦਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਕਿੰਨਾ ਕਰੋ ਲੈ? ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਜਾਂ ਨਹੀਂ ਹੈ? ਜੇ ਨਹੀਂ ਹੈ ਫਿਰ ਤਾਂ ਹੈ ਹੀ ਹੈ ਪਰ ਜਿਹਨੂੰ ਬਲੱਡ ਪ੍ਰੈਸ਼ਰ ਹੈ ਉਹਨੂੰ 올 ਦਾ ਮੋਰ ਰੀਜ਼ਨ ਕਿ ਉਹ ਰੈਗੂਲਰ ਐਕਸਰਸਾਈਜ਼ ਦੀ ਬਹੁਤ ਮਹੱਤਤਾ ਹੈ ਉਹਦੇ ਵਿੱਚ। ਕਿੰਨੀ ਚਾਹੀਦੀ ਹੈ? ਰეკਮੈਂਡਡ ਹੈ ਕਿ ਇੱਕ ਹਫ਼ਤੇ ਵਿੱਚ 150 ਮਿੰਟ ਦੀ ਐਕਸਰਸਾਈਜ਼ ਜਦਾ ਮਤਲਬ ਹੈ ਕਿ 30 ਤੋਂ 40 ਮਿੰਟ ਰੋਜ਼ ਹੋਣੀ ਚਾਹੀਦੀ ਹੈ ਐਕਸਰਸਾਈਜ਼ ਜਿਸ ਕਿਸਮ ਦੀ ਬੰਦੇ ਨੂੰ ਸੂਟ ਕਰੇ ਜਿਸ ਕਿਸਮ ਦੀ ਠੀਕ ਕਰੇ ਥੋੜੇ ਤੋਂ ਸ਼ੁਰੂ ਕਰੇ ਪਰ ਗ੍ਰੈਜੂਲੀ ਉਹਨੂੰ ਇਨਕਰੀਜ਼ ਕਰੇ ਸੈਰ ਹੋ ਗਈ ਸਵਿਮਿੰਗ ਹੋ ਗਈ ایرੋਬਿਕ ਐਕਸਰਸਾਈਜ਼ਸ ਨੇ ਜੋਗਿੰਗ ਸਕਿਪਿੰਗ ਜਾਂ ਕੋਈ ਆਊਟਡੋਰ ਐਕਟੀਵਿਟੀ ਹੈ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੈ ਇਹ ਜਿਹੜੇ ਨੈਚੁਰਲ ਮੀਜਸ ਨੇ ਬਲੱਡ ਪ੍ਰੈਸ਼ਰ ਦਾ ਕੰਟਰੋਲ ਕਰਨ ਵਿੱਚ ਉਹਦੇ ਚ ਇਹਦਾ ਬਹੁਤ ਇੰਪੋਰਟੈਂਟ ਐਕਸਰਸਾਈਜ਼ ਦਾ ਬਹੁਤ ਇੰਪੋਰਟੈਂਟ ਰੋਲ ਹੈ ਬਟ ਉਹੀ ਗੱਲ ਕਿ ਗ੍ਰੈਜੂਲੀ ਹੌਲੀ-ਹੌਲੀ ਥੋੜੀ-ਥੋੜੀ ਸ਼ੁਰੂ ਕੀਤੀ ਜਾਏ ਔਰ ਹੌਲੀ-ਹੌਲੀ ਉਹਨੂੰ ਵਧਾਇਆ ਜਾਏ ਸੋ ਏਵਰੀ ਡੇ ਐਕਸਰਸਾਈਜ਼ ਕਹਿੰਦੇ ਨੇ ਕਿ ਮੇਨ ਇਹ ਹੈ ਕਿ ਹੈਲਦੀ ਡਾਈਟ ਔਰ ਤੁਰਨਾ ਜ਼ਿਆਦਾ ਖਾਓ ਘੱਟ ਔਰ ਤੁਰੋ ਜ਼ਿਆਦਾ ਇਹ ਇਲਾਜ ਹੈ ਬਲੱਡ ਪ੍ਰੈਸ਼ਰ ਦਾ ਡਾਕਟਰ ਨੀਰਜ ਸਾਲਟ ਰੈਸਟ੍ਰਿਕਸ਼ਨ ਬਾਰੇ ਆਪਾਂ ਪਹਿਲਾਂ ਵੀ ਹੁਣ ਗੱਲ ਕੀਤੀ ਹੈ ਬਲੱਡ ਪ੍ਰੈਸ਼ਰ ਦੇ ਵਿੱਚ ਸੌਲਟ ਰੈਸਟ੍ਰਿਕਸ਼ਨ ਕਿਤਾਬਾਂ ਚ ਵੀ ਲਿਖਿਆ ਆ ਆਮ ਜਨ ਪਬਲਿਕ ਵੀ ਫੋਲੋ ਕਰਦੀ ਐ ਪੇਸ਼ੈਂਟ ਵੀ ਫੋਲੋ ਕਰਦੇ ਆ ਜੇ ਆਪਾਂ ਸੌਲਟ ਨਹੀਂ ਦਿੰਦੇ ਤਾਂ ਫਿਰ ਉਹਦੀ ਥਾਂ ਤੇ ਆਪਾਂ ਹੋਰ ਕੀ ਕਰੀਏ ਤਾਂ ਬੜੀ ਬਲੈਂਡ ਡਾਈਟ ਹੋ ਜੂਗੀ ਮਦੇ ਤੋਂ ਖਾਧ ਹੀ ਨਹੀਂ ਜਾਣੀ ਨਮਕ ਤੋਂ ਬਿਨਾ ਤਾਂ ਦਾਲ ਸਬਜ਼ੀ ਖਾਣੀ ਬੜੀ ਔਕੀ ਐ ਸਰ ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਵੀ ਪਰਮਿਸਿਬਲ ਲਿਮਟ 2.4 ਗ੍ਰਾਮ ਜਾਂ ਇੱਕ ਚਮਚਾ ਚੱਪਲ ਲੈ ਸਕਦੇ ਆ ਤਾਂ ਜਿਹੜੇ ਸਵਾਦ ਵਾਲੀ ਗੱਲ ਐ ਉਹ ਆਪਾਂ ਰੋਟੀ ਦੇ ਜਿਹੜੇ ਆਪਾਂ ਦੋ ਮੀਲਜ਼ ਲੈਂਦੇ ਆ ਸਬਜ਼ੀ ਚ ਪਾ ਕੇ ਨਮਕ ਆਪਾਂ ਖਾ ਸਕਦੇ ਆ ਉਹਨਾਂ ਦੇ ਪਰ ਜਿਹੜੇ ਐਕਸਟਰਾ ਸਾਲਟ ਹੈ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਆਪਾਂ ਪਾਪੜ ਹੈ ਦਹੀਂ ਚ ਪਾਣਿਆ ਜਾਂ ਸਲਾਦ ਚ ਪਾਣਿਆ ਜਾਂ ਫਰੂਟਸ ਪਾਣਿਆ ਉਹਨੂੰ ਆਪਾਂ ਨੂੰ ਬੰਦ ਕਰਨਾ ਚਾਹੀਦਾ ਹੈ ਬਾਕੀ ਜਿਵੇਂ ਤੁਸੀਂ ਕਿਹਾ ਕਿ ਸ਼ੂਗਰ ਵੀ ਆਪਾਂ ਨੂੰ ਘਟਾਣੀ ਚਾਹੀਦੀ ਹੈ ਪਰ ਜਿਹੜੇ ਹੁਣ ਲੋ ਸੋਡੀਅਮ ਡਾਲਟ ਹੈ ਪੋਟਾਸ਼ੀਅਮ ਰਿਚ ਸਾਲਟ ਹੈ ਪੋਟਾਸ਼ੀਅਮ ਰਿਚ ਸਾਲਟ ਸੋ ਲੋ ਸੋਡੀਅਮ ਸਾਲਟ ਹੈ ਇਹਨਾਂ ਦਾ ਕਿੰਨਾ ਰੋਲ ਹੈ ਇਹਨਾਂ ਦਾ ਸਰ ਮੈਂ ਆਪਣੇ ਪੇਸ਼ੈਂਟਸ ਨੂੰ ਆਮ ਤੌਰ ਤੇ ਇਹ ਕਹਿੰਨਾ ਵੀ ਜੇ ਆਪਾਂ ਘੱਟ ਖਾਣ ਦੀ ਆਦਤ ਪਾ ਲਈਏ ਤਾਂ ਉਹ ਜ਼ਿਆਦਾ ਅੱਛਾ ਹੈ ਉਹ ਜ਼ਿਆਦਾ ਅੱਛਾ ਹੈ ਕਿਉਂਕਿ ਜਿੱਥੇ ਵੀ ਆਪਾਂ ਜਾਣਿਆ ਜ ਬਿਲਕੁਲ ਇਹ ਤਾਂ ਹੈ ਨਹੀਂ ਕਿ ਆਪਾਂ ਇੱਕ ਜਗ੍ਹਾ ਹੀ ਬੈਠੇ ਰਹਿਣਾ ਸੋ ਆਪਾਂ ਨੂੰ ਆਦਤ ਹੀ ਉਸਾਰਨ ਕਰਨੀ ਚਾਹੀਦੀ ਜੋ ਆਪਾਂ ساری ਜ਼ਿੰਦਗੀ ਚਲਾ ਸਕ ਜਲਾ ਸਕੀ ਸੋ ਬੇਸਿਕਲੀ ਲਾਈਫ ਸਟਾਈਲ ਦਾ ਮਤਲਬ ਇਹ ਹੈ ਜਿਹੜਾ ساری ਉਮਰ ਹੋ ਸਕਦਾ ਹੋ ਸਕਦਾ ਸੋ ਮੈਂ ਇਸ ਚੀਜ਼ ਤੇ ਬਹੁਤਾ ਨਹੀਂ ਕਹਾਂਗਾ ਕਿ ਆਪਾਂ ਨੂੰ ਲੋ ਸੋਡੀਅਮ ਜਾਂ ਉਹ ਉਤਰ ਵੱਲ ਜਾਣਾ ਚਾਹੀਦਾ ਜਾਂ ਪੋਟਾਸ਼ੀਅਮ ਰਿਚ ਸਾਡ ਤੇ ਜਾਣਾ ਚਾਹੀਦਾ ਉਹਦੇ ਆਪਣੇ ਨੁਕਸਾਨ ਨੇ ਤੇ ਜਿਹੜਾ ਰੌਕ ਸਾਲਟ ਆਪਾਂ ਕਹਿੰਨੇ ਆਉਂਦਾ ਹਾਂਜੀ ਹਾਂ ਰੌਕ ਸਾਲਟ ਬੜਾ ਚਾਇਓਡੀਨ ਦੀ ਕਮੀ ਹੈ ਉਹਦੇ ਆਪਣੇ ਨੁਕਸਾਨ ਨੇ ਸੋ ਆਪਾਂ ਨੂੰ ਲਿਮਟ ਤੇ ਹੀ ਜੋ ਆਪਣੀ ਸਬਜ਼ੀਆਂ ਚ ਪੈਂਦਾ ਉਹ ਪਾ ਸਕਦੇ ਆ ਪਰ ਐਕਸਟਰਾ ਸ ओके ਡਾਕਟਰ ਸੰਜੇ ਸਮੋਕਿੰਗ ਦਾ ਤੇ ਐਲਕੋਹਲ ਦਾ ਆਮ ਆਪਣੇ ਪਬਲਿਕ ਨੁਆਨਸਸ ਐ ਇਹ ਹਰੇਕ ਨੂੰ ਆਪਾਂ ਨੂੰ ਪਤਾ ਹੈ ਕਿ ਦੋਨੇ ਚੀਜ਼ਾਂ ਮਨੁੱਖਤਾ ਵਾਸਤੇ ਨਹੀਂ ਬਣੀਆਂ ਫੇਰ ਵੀ ਬਲੱਡ ਪ੍ਰੈਸ਼ਰ ਦੇ ਸੰਦਰਭ ਦੇ ਵਿੱਚ ਸਮੋਕਿੰਗ ਤੇ ਸ਼ਰਾਬ ਇਹ ਕਿੰਨੀ ਕੁ ਇਹਦਾ ਘਾਤਕ ਹੈ ਕੀ ਇਹਦਾ ਸਾਈਡ ਇਫੈਕਟ ਹੈ ਕੀ ਇਹ ਕਰਦੀ ਹੈ ਸਰ ਦੇਖਿਆ ਜਾਵੇ ਜੇ ਬਲੱਡ ਪ੍ਰੈਸ਼ਰ ਜਿਹਨੂੰ ਹੈ ਚਾਹੇ ਨਹੀਂ ਹੈ ਸਮੋਕਿੰਗ ਤੇ ਡਰਿੰਕਿੰਗ ਦੋਨੇ ਨੁਕਸਾਨਦੇ ਨੇ ਜਿਹੜੇ ਵੀ ਬਾਡੀ ਤੇ ਬਲੱਡ ਪ੍ਰੈਸ਼ਰ ਦੇ ਇਫੈਕਟ ਹੋਣੇ ਨੇ স্মੋਕਿੰਗ ਤੇ ਡਰਿੰਕਿੰਗ ਉਹਨਾਂ ਬਲੱਡ ਪ੍ਰੈਸ਼ਰ ਦੇ ਇਫੈਕਟ ਨੂੰ ਤੇਜ਼ ਕਰਦਾ ਹੈ ਜਲਦੀ ਕਰਦਾ ਹੈ ਤੇ ਜਿਹੜੇ ਇਹ ਇਫੈਕਟ ਹੋਣੇ ਨੇ ਉਹ ਜਲਦੀ ਆ ਜਾਂਦੇ ਨੇ ਪੇਸ਼ੈਂਟ ਨੂੰ ਕੰਪਲਿਕਸ਼ਨ ਜਲਦੀ ਹੋ ਜਾਂਦੀਆਂ ਹਮਮ স্মੋਕਿੰਗ ਤੇ ਬਲੱਡ ਪ੍ਰੈਸ਼ਰ ਜਿਹੜੀ ਆ স্মੋਕਿੰਗ ਦੇ ਬਲੱਡ ਪ੍ਰੈਸ਼ਰ ਹੈ ਕਿ ਆਪਾਂ ਇਹ ਕਹਿ ਲੋ ਵੀ ਅਸੀਂ ਇਹ ਆਮ ਤੌਰ ਤੇ ਕਹਿੰਦੇ ਆ ਵੀ ਇੱਕ ਤਰ੍ਹਾਂ ਦਾ ਟਾਈਮ ਬੰਬ ਹੈ ਜਿਸ ਪੇਸ਼ੈਂਟ ਕਰਦਾ ਹੈ ਕਦੇ ਵੀ ਫਟ ਸਕਦਾ ਹਮ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਜਿਹੜੇ ਯੰਗ ਪੇਸ਼ੈਂਟ ਨੇ 20-25 ਸਾਲ ਦੇ ਨੇ ਉਹਨਾਂ ਨੂੰ ਵੀ ਹਾਰਟ ਅਟੈਕ ਦੀ ਪੇਸ਼ੈਂਟ ਆ ਰਹੇ ਨੇ ਕਿਉਂ ਉਹਨਾਂ ਚ ਸਿਰਫ ਇੱਕੋ ਹੀ ਜਿਹੜਾ ਹੈਗਾ ਕਾਜ਼ੇਟਿਵ ਫੈਕਟਰ ਹੈ ਉਹ ਹੈ ਸਮੋਕਿੰਗ ਇਸ ਕਰਕੇ ਸਮੋਕਿੰਗ ਤਾਂ ਇਨਸਾਨ ਨੂੰ ਕਦੇ ਵੀ ਨਹੀਂ ਕਰਨੀ ਚਾਹੀਦੀ ਅਸੀਂ ਵੀ ਓਪੀਡੀ ਸਰੇਕ ਪੇਸ਼ੈਂਟ ਨੂੰ ਕਹਿੰਨੇ ਆ ਭਾਈ ਜੇ ਸਮੋਕਿੰਗ ਨਹੀਂ ਛੱਡ ਸਕਦਾ ਤਾਂ ਦਵਾਈ ਛੱਡ ਦੇ ਜੋ ਬਾਬਾ ਕਰੂ ਠੀਕ ਹੈ ਇਸ ਕਰਕੇ ਸਮੋਕਿੰਗ ਤਾਂ ਬਿਲਕੁਲ ਛੱਡਣੀ ਹੀ ਪੈਣੀ ਹੈ ਸ਼ਰਾਬ ਦਾ ਇਹ ਹੈ ਵੀ ਸ਼ਰਾਬ ਕੁਝ ਡਾਕਟਰ ਕਹਿੰਦੇ ਨੇ ਜਾਂ ਕੁਝ ਗਾਈਡਲਾਈਨਸ ਕਹਿੰਦੀਆਂ ਵੀ ਆਪਾਂ ਮੋਡਰੇਟ ਅਮਾਊਂਟ ਚ ਲੈ ਸਕਦੇ ਹਾਂ ਪਟ ਉਹ ਅਮਾਉਂਟ ਕਿੰਨੀ ਹੈ ਤੇ ਉਹ ਬੰਦਾ ਉਸ ਅਮਾਉਂਟ ਤੇ ਫਿਕਸ ਰਹੂਗਾ ਕਿ ਨਹੀਂ ਰਹੂਗਾ ਉਹਦੇ ਬਹੁਤ ਜ਼ਿਆਦਾ ਨੁਕਸਾਨ ਦੇ ਇਫੈਕਟ ਹੋ ਸਕਦੇ ਨੇ ਜੇ ਬੰਦਾ ਬਹੁਤ ਜ਼ਿਆਦਾ ਵੱਧ ਜੇ ਤਾਂ ਇਸ ਕਰਕੇ ਇਹ ਵੀ ਜਿਹੜੇ ਵਿਸ਼ਣ ਨੂੰ ਬਲੱਡ ਪ੍ਰੈਸ਼ਰ ਹੈ স্মੋਕਿੰਗ ਤੇ ਜਿਹੜੀ ਹੈ ਸ਼ਰਾਬ ਉਹ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਉਹਦਾ ਜਿਹੜਾ ਅਗਲਾ ਜੀਵਨ ਹੈ ਉਹ ਸੁਖੀ ਰਹੇ ਮੰਨ ਲਓ ਕਿ ਕਿਸੇ ਪੇਸ਼ੇਂ ਨੂੰ ਕਹਿੰਦੇ ਉਹ ਤਾਂ 40 ਸਾਲ ਤੋਂ ਬਲੱਡ ਪ੍ਰੈਸ਼ਰ ਹੋ ਗਿਆ ਆਪਾਂ ਉਹਨੂੰ ਕਹਿੰਦੇ ਵੀ ਭਾਈ ਤੂੰ ਅੱਗੇ ਹਲੇ 30 40 ਸਾਲ ਜਿੰਦਗੀ ਦੇ ਹੋਰ ਕੱਢਣੇ ਨੇ ਇਹ ਪ੍ਰੋਪਰਲੀ ਬਿਨਾ ਬਿਮਾਰੀ ਤੋਂ ਬਿਨਾ ਕੰਪਲੀਕੇਸ਼ਨ ਤੋਂ ਤਾਂ ਹੀ ਕੱਢਣਗੇ ਕੱਢੇ ਜਾਣਗੇ ਜੇ ਤੂੰ ਆਪਣੀ ਸਹਾਇਤਾ ਆਪ ਕਰੇਗਾ ਡਾਕਟਰ ਜਸਜੀਤ weight ਦਾ ਕੀ ਰੂਲ ਹੈ ਬਲੱਡ ਪ੍ਰੈਸ਼ਰ 'ਚ ਕਿੰਨੀ ਕੀ ਇੰਪੋਰਟੈਂਸ ਹੈ weight ਦੀ weight ਬਹੁਤ ਇੰਪੋਰਟੈਂਟ ਹੈ ਜਿਹੜਾ ਬੰਦਾ ਸਿੰਪਲੀ ਓਵਰ weight ਹੈ weight ਜ਼ਿਆਦਾ ਹੈ ਉਹਨੂੰ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਵੱਧ ਜਾਂਦੇ ਨੇ ਦੂਸਰੀ ਚੀਜ਼ ਜਿਹਨੂੰ ਬਲੱਡ ਪ੍ਰੈਸ਼ਰ ਹੈ ਔਰ ਉਹ ਓਵਰ weight ਹੈ ਜੇ ਉਹ ਆਪਣਾ weight ਘਟਾਏ ਬਏ ਵਟ ਏਵਰ ਮੀਨਸ ਡਾਇਟ ਨਾਲ ਜਾਂ ਐਕਸਰਸਾਈਜ਼ ਨਾਲ ਜਾਂ ਜਿਸ ਤਰ੍ਹਾਂ ਵੀ weight ਘਟਣ ਨਾਲ blood pressure ਵੀ ਘਟੇਗਾ ਕਹਿੰਦੇ ਨੇ ਕਿ ਹਰ 1 mm 1 ਕਿਲੋਗ੍ਰam weight ਘਟਾਉਣ ਨਾਲ 1 ਡਿਗਰੀ blood pressure ਘਟਦਾ ਅਸੀਂ 4-5 ਕਿਲੋ ਜੇ weight ਘਟਾ ਲਈਏ blood pressure 4-5 mm ਘਟ ਜਾਂਦਾ ਹੂੰ 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 ਸੋ weight ਘਟਾਉਣ ਦਾ ਬਹੁਤ ਅਹਿਮ ਰੋਲ ਹੈ ਬਹੁਤ ਅਹਿਮ ਰੋਲ ਹੈ ਜੀ ਕਿੰਨਾ weight ਆਈਡੀਅਲ ਹੋਣਾ ਚਾਹੀਦਾ ਜਨਰਲੀ ਬੀ ਐਮ ਆਈ ਆਪਾਂ ਬੋਡੀ ਮਾਸ ਇੰਡੈਕਸ ਕਹਿੰਦੇ ਆ ਇੱਕ ਇਨਸਾਨ ਦਾ ਜਿਹੜਾ ਆਪਾਂ ਕਹਿੰਦੇ ਆ ਹੈਲਦੀ ਬੰਦਾ ਹੈ ਜੀ 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 ਕਿੰਨਾ ਬੀ ਐਮ ਆਈ ਹੋਣਾ ਚਾਹੀਦਾ ਉਹ ਦਾ 28 ਤੋਂ ਘੱਟ ਹੋਣਾ ਚਾਹੀਦਾ 18 ਤੋਂ 24 ਆਈਡੀਅਲ ਹੈ 24 ਤੋਂ 30 ਆਪਾਂ ਓਵਰ weight ਕਹਿੰਦੇ ਆ ਤੇ 30 ਤੋਂ ਉੱਪਰ ਆਪਾਂ ਓਬੀਸ ਕਹਿੰਦੇ ਆ ਪਹਿਲਾ ਸਟੈਪ ਬਾਈ ਸਟੈਪ ਉਹ ਉਹ 20 ਤੋਂ ਓਵਰ weight ਵੱਲ ਆਵੇ ਓਵਰ weight ਤੋਂ ਹੈਲਦੀ weight ਵੱਲ ਆਵੇ ਠੀਕ ਸਰ ਇੱਕ ਡਾਕਟਰ ਨੀਰੇਜ ਪ੍ਰੈਗਨੈਂਸੀ ਦੇ ਵਿੱਚ ਵੀ ਇਹ ਬੜੀ ਕਾਮਨਲੀ ਇਹ ਬਲੱਡ ਪ੍ਰੈਸ਼ਰ ਵਧਿਆ ਪਾਇਆ ਜਾਂਦਾ ਹੈ ਹੈਨਾ ਤੇ ਪ੍ਰੈਗਨੈਂਸੀ ਦੇ ਵਿੱਚ ਜੇ ਬੀਪੀ ਵੱਧ ਜਾਂਦਾ ਹੈ ਕਿਸੇ ਪੀਸ਼ੈਂਟ ਦਾ ਤਾਂ ਉਹਦਾ ਜੱਚਾ ਤੇ ਬੱਚਾ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਬਲੱਡ ਪ੍ਰੈਸ਼ਰ ਦਾ ਪ੍ਰੈਗਨੈਂਸੀ ਉੱਤੇ ਸਿੱਧਾ ਬਹੁਤ ਜ਼ਿਆਦਾ ਇਫੈਕਟ ਹੈ ਹਾਂ ਉਹਦੇ ਨਾਲ ਜੋ ਪਲੇਸੈਂਟਾ ਹੈ ਜਿਹਦੇ ਨਾਲ ਬੱਚੇ ਨੂੰ ਖੁਰਾਕ ਮਿਲਦੀ ਹੈ ਉਹਦੇ ਜੀ ਸਰਕੂਲੇਸ਼ਨ ਘਟ ਜਾਂਦੀ ਹੈ ਜਿਸ ਨਾਲ ਬੱਚੇ ਦੀ ਗਰੋਥ ਤੇ ਅਫੈਕਟ ਹੋ ਸਕਦਾ ਹੈ ਦੂਸਰਾ ਬੱਚੇ ਦਾ ਪ੍ਰੀਮਚੂਰ ਬਰਥ ਹੋ ਸਕਦਾ ਹੈ ਇੱਕ टर्म ਯੂਸ ਜੀ ਕਰਦੇ ਆ ਕਲੈਂਪਸੀਆ ਪ੍ਰੀ ਕਲੈਂਪਸੀਆ ਕਲੈਂਪਸੀਆ ਵਿੱਚ ਮਰੀਜ਼ ਨੂੰ ਦੌਰਾ ਪੈ ਸਕਦਾ ਜਿਹਦੇ ਉਹਦੀ ਸਿਹਤ ਤੇ ਅਸਰ ਹੋ ਸਕਦਾ ਦੂਸਰਾ ਜੋ ਤੁਮ ਪ੍ਰੈਗਨਨਸੀ ਦੇ ਟਾਈਮ ਬੀਪੀ ਹਾਈ ਰਹਿੰਦਾ ਹੈ ਤਾਂ ਪੇਸ਼ੈਂਟ ਦੇ ਟਾਰਗੇਟ ਆਰਗਨ ਜਿਵੇਂ ਲੰਗਸ ਹੈ ਹਾਰਟ ਹੈ ਲੀਵਰ ਆਪਣਾ ਹਾਰਟ ਹੈ ਤੇ ਬ੍ਰੇਨ ਹੈ ਇਨਾ ਤੇ ਵੀ ਅਸਰ ਕਿੱਦਨੀ ਹੈ ਇਨਾ ਤੇ ਅਸਰ ਹੋ ਸਕਦਾ ਹੈ ਡਾਕਟਰ ਸੰਜੀਤ ਬਲੱਡ ਪ੍ਰੈਸ਼ਰ ਤੇ ਸ਼ੂਗਰ ਆਮ ਮੈਨ ਕਾਈਂਡ 휴ਮੈਨਿਟੀ ਚ ਦੋਨੇ ਬਿਮਾਰੀਆਂ ਸਭ ਨੂੰ ਹੁੰਦੀਆਂ ਇਹਨਾਂ ਦਾ ਆਪਸ ਚ ਕੀ ਸਬੰਧ ਹੈ ਸਰ ਉਹੀ ਗੱਲ ਜਿਵੇਂ ਪਹਿਲਾਂ ਗੱਲ ਕਰ ਚੁੱਕੇ ਆ ਦੋਨੇ ਭਾਈ ਭੈਣ ਨੇ ਜਦੋਂ ਭਾਈ ਭੈਣ ਇਕੱਠੇ ਹੋ ਕੇ ਲੜਣਗੇ ਤਾਂ ਘਰ ਚ ਦਿੱਕਤ ਆਊਗੀ ਆਊਗੀ ਜੇ ਇਕੱਲਾ ਲੜੂਗਾ ਤਾਂ ਘਰ ਚ ਘੱਟ ਦਿੱਕਤ ਆਊਗੀ ਦੋਨੇ ਇਕੱਠੇ ਹੋ ਕੇ ਲੜਣਗੇ ਤਾਂ ਘਰ ਦੀ ਦਿੱਕਤ ਵਧੂਗੀ ਸ਼ੂਗਰ ਵਾਲੇ ਪੇਸ਼ੈਂਟ ਨੂੰ ਅਸੀਂ ਇਹ ਕਹਿੰਦੇ ਆ ਸਰਵਿਸ ਸ਼ੂਗਰ ਵਾਲੇ ਪੇਸ਼ੈਂਟ ਦੀ ਉਨੀ ਕ ਕੇਅਰ ਹੋਣੀ ਚਾਹੀਦੀ ਹੈ ਜਿੰਨੀ ਕਿ ਉਸ ਪੇਸ਼ੈਂਟ ਦੀ ਹੋਵੇ ਜਿਹਨੂੰ ਇੱਕ ਆਲਰੇਡੀ ਹਾਰਟ ਅਟੈਕ ਹੋ ਚੁੱਕਿਆ ਹੈ ਇਹਨੂੰ ਸੀਏਡੀ ਇਕੁਇਵਲੈਂਟ ਇਕੁਇਵਲੈਂਟ ਕਹਿੰਦੇ ਆ ਠੀਕ ਹੈ ਤੇ ਜਦੋਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਇਕੱਠੇ ਹੋ ਗਏ ਉਹਨਾਂ ਦੇ ਗੁਰਦਿਆਂ ਤੇ ਇਫੈਕਟ ਕਰਨ ਦੀ ਹਾਰਟ ਤੇ ਇਫੈਕਟ ਕਰਨ ਦੀ ਅੱਖਾਂ ਤੇ ਇਫੈਕਟ ਕਰਨ ਦੀ ਜਾਂ ਬਾਡੀ ਦੇ ਬਾਕੀ ਸਾਰੇ ਪਾਰਟਸ ਤੇ ਇਫੈਕਟ ਕਰਨ ਦੀ ਜਿਹੜੀ ਇੱਕ ਸ਼ਮਤਾ ਹੈ ਉਹਨਾਂ ਦੀ ਵੱਧ ਜਾਂਦੀ ਹੈ ਕੈਪੈਸਿਟੀ ਵੱਧ ਜਾਂਦੀ ਹੈ ਜਲਦੀ ਹੋ ਜਾਂਦੀ ਹੈ ਤੇ ਘਾਤਕ ਹੁੰਦੀ ਹੈ ਦੋਨਾਂ ਬਿਮਾਰੀਆਂ ਤੋਂ ਇਕੱਠੀਆਂ ਹੋ ਜਾਂਦੀਆਂ ਨੇ ਦੋਨਾਂ ਦਾ ਟ੍ਰੀਟਮੈਂਟ ਵੀ ਜੇ ਆਪਾਂ ਨੂੰ ਅਲੱਗ-ਅਲੱਗ ਬਿਮਾਰੀ ਹੋਣ ਉਹਦਾ ਅਲੱਗ-ਅਲੱਗ ਅਲੱਗ ਟ੍ਰੀਟਮੈਂਟ ਹੈ ਜੇ ਇਕੱਠੀਆਂ ਹੋਣ ਤਾਂ ਆਪਾਂ ਜਿਹੜੀਆਂ ਦਵਾਈਆਂ ਉਹ ਸਭ ਲੈ ਦੇਣੀਆਂ ਚਾਹੀਦੀਆਂ ਨੇ ਵੀ ਉਹਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋਵੇ ਬਟ ਸ਼ੂਗਰ ਜਿਹੜੇ ਸਾਈਡ ਇਫੈਕਟ ਨੇ ਉਹ ਵੀ ਘਟ ਜਾਣ ਤਾਂ ਇਸ ਕਰਕੇ ਆਪਾਂ ਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਪ੍ਰੋਪਰਲੀ ਕੰਟਰੋਲ ਕਰਨਾ ਚਾਹੀਦਾ ਅਸੀਂ ਉਮੀਦ ਕਰਦੇ ਹਾਂ ਵੀ ਦਰਸ਼ਕਾਂ ਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਅਸੀਂ ਜਿਹੜੇ ਡਾਕਟਰ ਸਾਹਿਬ ਨੇ ਸੁਝਾਅ ਦੱਸੇ ਹੈ ਤੇ ਇਹਦੇ ਕੌਜ਼ ਦੱਸੇ ਹੈ ਦੀ ਆਪਣੀ ਬੇਸਿਕਲੀ ਥਿੰਕਿੰਗ ਬਾਰੇ ਜਿਹੜਾ ਗੱਲਬਾਤ ਹੋਈ ਹੈ ਇਹ ਸਾਰੇ ਆਪਣੀ ਜ਼ਿੰਦਗੀ ਚ ਉਤਾਰਨਗੇ ਤੇ ਇਸ ਭਿਆਨਕ ਬਿਮਾਰੀ ਤੋਂ ਆਪਣੇ ਆਪ ਨੂੰ ਛੁਟਕਾਰਾ ਪਾਉਣਗੇ ਇਸ ਦੇ ਨਾਲ ਹੀ ਮੈਂ ਆਪਣੇ ਜਿਹੜੇ ਪੈਨਲਿਸਟ ਐ ਡਾਕਟਰ ਜਸਜੀਤ ਡਾਕਟਰ ਨੀਰਜ ਤੇ ਡਾਕਟਰ ਸੰਜੀ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਆਪਣੀ ਬਲੱਡ ਪ੍ਰੈਸ਼ਰ ਦੀ ਬੱਖ-ਬੱਖ ਪਹਿਲੂਆਂ ਤੇ ਆਪਣੇ ਵਿਚਾਰ ਦਿੱਤੇ ਉਮੀਦ ਕਰਦੇ ਹਾਂ ਵੀ ਦਰਸ਼ਕਾਂ ਨੂੰ ਇਹ ਸਾਰਾ ਪਸੰਦ ਆਇਆ ਹੋਊਗਾ ਤੇ ਉਹ ਆਪਣੇ ਜਿਹੜੇ ਦੱਸੇ ਗਏ ਸੁਝਾਅ ਦੇ ਮੁਤਾਬਕ ਇਹਨਾਂ 'ਚੋਂ ਕੁਝ ਪੁਆਇੰਟ ਆਪਣੀ ਜ਼ਿੰਦਗੀ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਇਹ ਜਿਹੜੀ ਮਾਡਰਨ ਐਪੀਡੈਮਿਕਸ ਹੈ ਇਹਨਾਂ ਤੋਂ ਬਚਿਆ ਜਾ ਸਕੇ ਬੇਸਿਕਲੀ ਮੁੱਕ ਦੀ ਗੱਲ ਇੰਨੀ ਹੈ ਜਦ ਤੱਕ ਆਪਣੀ ਲਾਈਫ ਦਾ ਬੇਸ ਮਟੀਰੀਅਲਿਸਟਿਕ ਬਣਿਆ ਰਹੂਗਾ ਬਿਮਾਰੀਆਂ ਦੂਰ ਨਹੀਂ ਹੋ ਸਕਦੀਆਂ ਜਦ ਤੱਕ ਆਪਣੀ ਲਾਈਫ ਕੰਟੈਂਟਮੈਂਟ ਹੈਪੀਨੈਸ ਤੇ ਬੇਸ ਨਹੀਂ ਹੁੰਦੀ ਜਿਹੜੀ ਕਿ ਸਿਰਫ ਸ਼ੇਅਰਿੰਗ ਤੇ ਕੇਰਿੰਗ ਨਾਲ ਆ ਸਕਦੀ ਹੈ ਉਦੋਂ ਤੱਕ ਬਿਮਾਰੀਆਂ ਆਪਣਾ ਪਿੱਛਾ ਨਹੀਂ ਛੱਡਣਗੀਆਂ ਇੰਨਾ ਕਹਿੰਦੇ ਹੀ ਅਸੀਂ ਹੁਣ ਤੁਹ ਤੋਂ ਇਜਾਜ਼ਤ ਲੈਂਦੇ ਆ ਧੰਨ healthcare partner